You might have heard about them in the news. They've been called murderers. Violent. My name is Salim, but I'm not a terrorist. Welcome back, Dubro channel, guys. Second day. No, actually, I want her to go. Already, we are heading to Fujera now. It's 5 o'clock. It's okay? Yeah, you're leaving. Salim, what's going on? That's it. Phone? Phone is my AirPod. Why are we calling him? Phone, AirPod, everything is okay. Philip is okay now? Yes, let's go. Yeah. Yes. Let's go. Let's go. Tidy. Accept this bag. Show me your bag, please. What the heck? Salim Khan. Yeah. My name is Salim, but I'm not a terrorist. My name is Salim, but I'm not a terrorist. So we reached down here. Whenever you see this Salim Bawai, this is the place I put the video. Brother, make it. That video is for this walking. Nice, man. Hey, man, how are you? Good? Talas. Oh, no one is here. No one is here. Oh, पहचान दे कार केड़ी खड़ी है. Oh, I don't think so. That's hey, bro. Forget about AMG and all. You should get. Okay, Philip. I love you, man. Love you. नहीं पता, लेकिन मेरा तो बहुत सर्द होता है. ਮੇਰਾ ਸਿਰ ਐਂ ਦੁਖਣ ਲੱਗਿਆ ਹੋਇਆ ਕਿ ਰਹੇ ਰੱਬ ਦਾ ਨਾ ਮੇਰਾ ਬਹੁਤ ਹੋਇਆ ਤੈਨੂੰ ਪਤਾ ਯਾਰ ਮੇਰੀ ਨੀਂਦ ਨਾ ਪੂਰੀ ਹੋਵੇ ਮੇਰਾ ਸਿਰ ਦੁਖਣ ਲੱਗ ਜਾਂਦਾ ਆਹ ਢਿੱਡ ਅੱਫ ਰਿਹਾ ਪਿਆ ਕਚਰਾ ਕਦੇ ਵੀ ਗੱਡੀ 'ਚ ਬਾਹਰ ਨਹੀਂ ਸੁੱਟਣਾ ਚਾਹੀਦਾ ਆਪਦੇ ਕੋਲ ਸੰਭਾਲ ਕੇ ਰੱਖੋ ਔਰ ਜਿਵੇਂ ਕਹਿੰਦੇ ਕੀਤਾ ਉਹਨੂੰ ਫੋਲੋ ਨਾ ਕਰੋ ਅੱਛਾ ਟਾਈਮ ਕਿਹੋ ਟਾਈਮ 5:30 5:30 ਹੋ ਗਏ ਉੱਠਣ ਦਾ ਪਲਾਨ ਤਾਂ 5 ਵਜੇ ਦਾ ਸੀ ਔਰ ਜਾਣ ਦਾ 5 ਵਜੇ ਦਾ ਸੀ ਲੇਕਿਨ 5:30 ਹੋ ਗਿਆ ਆਲਵੇਜ਼ ਲੋ ਕਿੱਡਾ ਹੋ ਗਿਆ ਆਲਵੇਜ਼ ਇਦਾਂ ਹੀ ਆ 5:30 ਦਾ ਟਾਈਮ ਦੇਖ ਲਓ ਭਾਈ ਦਿਨ ਚੜ ਗਿਆ ਪੂਰਾ ਵਧੀਆ ਆਹ ਬਿਲਡਿੰਗ ਹੈ ਜਿਹਦੇ ਵਿੱਚ ਅਸੀਂ ਆਏ ਆ ਬਾਹਰ ਠੀਕ ਆ ਤੇ ਦੂਜਾ ਦਿਨ ਆ ਇਹਨੂੰ ਕੀ ਹੋ ਗਿਆ ਪਤਾ ਨਹੀਂ ਕਿੱਧਰ ਚਲਾ ਗਿਆ ਆ ਦੇ ਮਾਰ ਦੇ ਘੋੜਦਾ ਰਹਾ ਭਾਈ ਹਾਂ ਉਹ ਦੋ ਚੀਜ਼ਾਂ ਹੈਂਡਲ ਕਰਨੀਆਂ ਕਿਹੜੀਆਂ ਇੱਕ ਤਾਂ ਆਪਦਾ ਕੈਮਰਾ ਫੋਲੋ ਕਰਦੇ ਆ ਆਪਣੇ ਮਿੱਤਰ ਨੂੰ ਠੀਕ ਆ ਮਿਲਦੇ ਆ ਫਿਰ ਓਕੇ ਬਵਾਸ ਦੇਖਦੇ ਕੀ ਕਹਾਣੀ ਬਣਦੀ ਆ ਫੇਰ ਮੇਰਾ ਸਿਰ ਬਹੁਤ ਦੁਖਣ ਲੱਗਾ ਆ ਇਹ ਓਕੇ ਆ ਔਰ ਇਹ ਬੰਦਾ ਵੀ ਓਕੇ ਆ ਲੇਕਿਨ ਮੇਰੀ ਫਟੀ ਪਈ ਆ ਦੇਖਦੇ ਕੀ ਬਣਦਾ ਠੀਕ ਆ ਰਾਜ ਮਿਲਦੇ ਆ ਰਾਜ ਕਾਫੀ ਜਦੋਂ ਲੈਣੇ ਨਾ ਉਹ ਰਾਜ ਮਿਲਦੇ ਕਾਫੀ ਬਿਨਾਂ ਤਾਂ ਗੱਡੀ ਚੱਲਣੀ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਪਾ ਤੇਲ ਵੀ ਪਾਉਣਾ ਤੇਲ ਵੀ ਪਾਉਣਾ ਤੇਲ ਮਤਲਬ ਪੈਟਰੋਲ ਪੈਟਰੋਲ ਮਤਲਬ ਗੈਸ ਜਿਹੜਾ ਅੱਜ ਕੱਲ੍ਹ ਲੈਂਗੁਏਜ ਕਹਿੰਦੇ ਨਵੇਂ ਨਵੇਂ ਬਹੁਤ I'm on the gas station, man. I'm on the petrol station, man. I'm on the fucking station, man. ਸਾਰੇ ਟੀਮ ਦੇ ਬੰਦੇ ਗੱਡੀ ਪੂਰੀ ਚੈੱਕ ਕਰ ਰਹੇ ਨੇ ਮਿੰਨੀ ਕੂਪਰ ਹੈ ਮਿੰਨੀ ਕੂਪਰ ਮਿੰਨੀ ਕੂਪਰ ਸੀ ਲੁੱਕ ਆਟ ਹੀਅਰ ਹਲਕਾ ਹਲਕਾ ਦਿਨ ਚੜ ਰਿਹਾ ਸੂਰਜ ਹਲੇ ਬੱਦਲਾਂ ਵਿੱਚ ਚੜਦਾ ਪਿਆ ਪੂਰਾ ਫੁੱਲ ਵਧੀਆ ਮਤਲਬ ਇੱਕ ਤਰ੍ਹਾਂ ਦੀ ਬੈਂਡ ਵੱਜੀ ਪਈ ਆ ਰਾਤ ਲੇਟ ਸੁੱਤੇ ਹਾਂ ਸਵੇਰੇ ਉੱਠ ਖੜੇ ਹਾਂ 5 ਵਜੇ ਨੂੰ
ਤੇ ਛੋਟਾ ਗਿਆ ਲੱਸੀ ਲੈਣ ਦੇਖਦੇ ਹਾਂ ਹੈਂਗ ਓਵਰ ਹੁੰਦਾ ਉਤਰਦਾ ਕਿ ਨਹੀਂ ਉਤਰਦਾ ਉਹ ਗਿਆ ਲੱਸੀ ਲੈਣ ਅਤੇ ਕੌਫੀ ਲੈਣ ਉਹ ਪੀਣਗੇ ਕੌਫੀ ਅਤੇ ਮੈਂ ਪੀਊਂਗਾ ਲੱਸੀ ਤਾਂ ਜੋ ਥੋੜ੍ਹਾ ਜਿਹਾ ਹੈਡਡੈਕ ਨੂੰ ਮਤਲਬ ਹੈਂਗ ਓਵਰ ਨੂੰ ਅਸੀਂ ਰਿਕਵਰ ਕਰ ਸਕੀਏ ਅਤੇ ਦੂਜੀ ਗੱਡੀ 'ਚ ਕੁਛ ਪ੍ਰੋਬਲਮ ਆ ਉਹ ਉੱਧਰ ਖੜ੍ਹੀ ਆ ਦੇਖਦੇ ਜਾਂਦੇ ਹਾਂ ਫਿਰ ਪਤਾ ਕਰਦੇ ਕੀ ਕਹਾਣੀ ਆ ਮੈਂ ਅੰਦਰ ਹੀ ਬੈਠਾ ਵਾਂ ਆਈ ਡੋਂਟ ਹੈਵ ਅ ਪਾਵਰ ਟੂ ਗੋ ਆਊਟਸਾਈਡ ਅਤੇ ਇਸ ਤੋਂ ਬਾਅਦ ਨਿਕਲ ਕੇ ਬਾਈ ਜੀ ਮਿਲਾਂਗੇ ਤੁਹਾਨੂੰ ਡਾਇਰੈਕਟ ਫਜੇਰਾ ਕਿਉਂਕਿ ਬੈਟਰੀ ਘੱਟ ਆ ਮੈਨੂੰ ਡਰ ਆ ਕਿਤੇ ਬੈਟਰੀ ਨਾ ਖਤਮ ਹੋ ਜਾਵੇ ਜੇ ਫਜੇਰਾ ਜਾ ਕੇ ਜੋ ਨੇ ਉਹ ਕੈਪਚਰ ਮਤਲਬ ਕਰਨੀ ਜ਼ਰੂਰੀ ਨੇ ਠੀਕ ਹੈ ਅਤੇ ਫਜੇਰੇ ਜਾ ਕੇ ਮਿਲਦੇ ਹਾਂ ਓਕੇ ਬਬਾਸ ਮੈਂ ਬਬਾਸ You might have heard about them in the news. They've been called murderers, violent, destructive, law-breaking, and criminals. And I can tell you that a lot of what you've heard is true. Ni tu ode piche gele mardi, jito dardi a maut baliye. Oh gussa al den varga, atwadi ji a khauf baliye. Ni tu ode piche This is the is showing here. Okay. Nice, okay. There is you. Around the board and there. Yeah. Then we take left. Rasal came in the view. Can't have a bit. Oh, cut the name Bella in there. ਪਲਾਨ ਕੋਈ ਨੀ ਜਿੱਥੇ ਗੱਡੀ ਰੋਕੀ ਨੀ ਪਈ ਰੋਕ ਲਾਂਗੇ ਠੀਕ ਆ ਉੱਥੇ ਹੀ ਮਿਲਦੇ ਫਿਰ ਪੁਆਇੰਟ ਤੇ ਆ ਕੇ ਬਾਬਾ ਪਰਪਸ ਕੋਈ ਵੀ ਨੀ ਟਾਈਮ ਸੀਗਾ ਘੁੰਮਣ ਨੂੰ ਆ ਗਏ ਆ ਬਾਹਰ ਸਮਝ ਗਏ ਸੂ ਆ ਗਿਆ ਭੈਣ ਚੋ ਪਿੰਡਾ ਯਾਰ ਫੀਲਿੰਗ ਤਾਂ ਸਾਡੀ ਜਮਾ ਇੰਡੀਆ ਵਾਲੀ ਆ ਇੱਥੇ ਜਮਾ ਇੰਡੀਆ ਵਾਲੀ ਫੀਲਿੰਗ ਆ ਕੱਟ ਪਾਉਣੀ ਆ ਰਾਸਲ ਕੈਮਰਾ ਦੇਖਿਆ ਸੀਗਾ ਲੇਕਿਨ ਫਜੇਰਾ ਉਦੋਂ ਵੀ ਸੋਹਣਾ ਮਤਲਬ ਆ ਸਕਦਾ ਬੰਦਾ ਔਰ ਘੁੰਮ ਫਿਰ ਸਕਦਾ ਵਧੀਆ ਘੈਂਟ ਟਾਈਮ ਪਾਸ ਘਰਾਂ ਵਿੱਚ ਹੀ ਕੱਢਦਾ ਪਿੰਡ ਦੀ ਫਰਨੀ ਚੋਂ ਕੱਢਦੀ ਹਾਂ ਸੈਂਸ ਐਨੀ ਸਪਾਨਾ ਸਕਾਟ ਸੋ ਯੂ ਕੈਨ ਪਾਰਕ ਸਮਵੇਅਰ ਅਰਾਊਂਡ ਹੇਅਰ ਬਾਈ ਜੀ ਜੋ ਸਟੇਸ਼ਨ ਸੀਗਾ ਸਾਡਾ ਟਾਰਗੇਟ ਵੀ ਰੀਚਡ ਹੇਅਰ ਖੜੇ ਆਪਾਂ ਆ ਕੇ ਬਾਈ ਜੀ ਫਜੇਰਾ ਸਟੇਸ਼ਨ ਤੇ ਆ ਗਏ ਹਾਂ ਤੇ ਅੱਗੇ ਜੋ ਵੀ ਹੋਣੀ ਆ ਤੁਹਾਨੂੰ ਆਪਡੇਟ ਕਰਦੇ ਰਵਾਂਗੇ ਕਿੱਦਾਂ ਸਲੀਮ ਮਿਸਟਰ ਆਕਿਲ ਫਰਮ ਸ਼੍ਰੀਲੰਕਾ ਹਾਈ ਟ੍ਰੈਵਲਿੰਗ ਮੈਨ ਇਟ ਵਾਸ ਸੁਪਰ ਐਨਜੋਇਡ ਰੀਅਲੀ ਆਈ ਰੀਅਲੀ ਐਨਜੋਇਡ ਹੀ ਇਜ਼ ਅਵਰ ਬਰਥਡੇ ਬॉय ਮੈਟ ਅਵਰ ਮਿਨੀ ਕੂਪਰ ਲੇਕਿਨ ਵਾਕਈ ਹੀ ਟ੍ਰੈਵਲਿੰਗ ਕੈਂਟ ਸੀਗੀ ਡੀਸੈਂਟ ਜਿਹਾ ਏਰੀਆ ਜਮਾ ਪਿੰਡਾਂ ਵਾਲਾ ਮਾਹੌਲ ਆ ਇੱਥੇ ਸਹੀ ਆ ਹੋਰ ਬੜਾ ਮਿਲ ਡਰ I told to take the picture without my stuff ਹਾਈਕਿੰਗ ਕਰਨੀ ਆ ਉਹ ਮਾਊਂਟੇਨ ਬਾਈ ਜੀ ਹਾਈਕਿੰਗ ਕਰਨ ਨੂੰ ਕਹਿੰਦੇ ਆ ਮਤਲਬ ਪਹਾੜੀ ਚੜ੍ਹਨਾ ਉਤਰਨਾ ਇਹ ਕੋਈ ਖਲਾਈ ਦਾ ਵਾੜਾ ਦੱਸੋ ਐਡੇ ਢਿੱਡ ਲੈ ਕੇ ਜਾਣਾ ਕਿੱਥੇ ਆ ਸਭ ਤੋਂ ਸਿੱਧਾ ਮਸਾ ਤੁਰਿਆ ਜਾਂਦਾ ਇੱਥੇ ਚੜ੍ਹਾ ਕੇ ਤੁਸੀਂ ਬੰਦਾ ਮਾਰਨਾ ਦੇਖੋ ਯਾਰ ਮਾਹੌਲ ਮੈਂ
थोड़ा थोड़ा करे चज का काम भी करना चाहिए। गड्डी बंदे की फस गई है, ठीक है, तो पुश करते हैं। मैं वीडियो बनाऊंगा तो बंदे पुश करने के। आई एम जस्ट मेकिंग वीडियो। यस यस गड्डी फसी है तरीके नाल यार, टायर ही फसी हुई है पूरी बढ़िया तरीके नाल, लेकिन ट्राई करते हैं अगर हेल्प होंगी है बंदे की, ठीक है, कढ़ने की ट्राई करते हैं। जो कढ़ ली फिर तुम्हें ऑन करके दस दें कैमरा, ओके की स्टेटस आ निकली तो जे ना निकली तो। गड्डी फस गई थी इतने, बथेरा जोर लाया चक्कन नहीं चक्की, बंदे भी बहुत आ। बाकी का स्टेटस तुम गड़ी निकल तो बाद दें, ओके, कैमरे की बैटरी भी जाने वाली आते उपर भी जाना अभी काफ़ी उदले बचा के रखनी है। बाबा ब्रेक ब्रेक कर दे, ब्रेक ब्रेक ला दे भाई, ब्रेक ला दे, इसको इसको मैन ब्रेक बाबा। Check that. Sri Lanka is very nice, man. फटन वाली आ, पसीना तो मेरा होनी निकल गया चंगी तरह फटन वाली। ये मैं दस दिना देखने को ईजी लगता, एक्साइटेड लगता, लेकिन इन्ना हुंदा नहीं है। मैं एक्सपीरियंस किया हो, जाखू मंदिर कौन गया, हिमाचल शिमला जाखू मंदिर, वो चढ़ाई चढ़ी हुई आप पूरी तह तक उत्ते फट गई सी, एक्सपीरियंस आ तकड़ा, हूँ भी सह चढ़ गया। मे बी गोस्ट या सिल्लू 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 चंबल दिया घाटियां च आ गए, इतने डाकू भी पै सकते सानू किसी भी टाइम। वो जाता छोटा ते नाल फिलिप बर्थडे एरिया देखा, डिसाइड ये होया मतलब तुम पसीने तो स्वेटिंग तो यह गैस कर सकते हो कितनी गर्मी है, और ना हो असी की डिसाइड किया कि इनू खत्म करांगे इत्थे ही और इन फ्यूचर असी छड़ांगे अगे घूमण, क्योंकि भाई जी मिलते हैं, ठीक है, टीम इत्थे खड़ी है साडी एक सारा कुछ करना करा नहीं करना है ना सारा कुछ, लेकिन इंजॉय करो लाइफ नू जो भी टाइम सारा कुछ आपका आला दुआला सही देख के। बैग लेके गए सी आ पैया अंबा की पेटी सिंधड़ी अंब बाबे सिंधड़ी अंब कैंट वाले सिंधड़ी अंब। वी रीच्ड टू आर हाउस, रूम च आ गए हैं वापस घूम फिर के कल दे निकले हैं, अज वी रीच्ड हीयर। ट्राई की है ब्लॉग नू स्टार्ट करने लई, एक्साइटेड भी हाँ क्योंकि आफ्टर लॉन्ग टाइम ब्लॉग स्टार्ट किया कम से कम भी 6 महीने बाद। दस्यो किदां दा लग्या, ओके, ब्लॉग डू लाइक शेयर and comment on my channel Do Bro Vlog, okay?